ਹਾਂਜੀ ਦੋਸਤੋ, ਕੀ ਹਾਲ ਚਾਲ ਅਤੇ ਨਵੀਂ ਅਪਡੇਟ ਨਾਲ ਇੱਕ ਵਾਰ ਫਿਰ ਤੋਂ ਹਾਜ਼ਰ ਚੁੱਕੇ ਹਾਂ। ਪਹਿਲੀ ਵਾਰ ਜਾ ਰਹੇ ਚੈਨਲ 'ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਨਾਲ ਦੇ ਉੱਤੇ ਬੈੱਲ ਵਾਲੇ ਆਈਕਨ ਨੂੰ ਜ਼ਰੂਰ ਦੱਬ ਲਿਓ। ਸਿੱਧੂ ਮੂਸੇਵਾਲ ਦੇ ਪ੍ਰੇਮ ਢਿੱਲੋਂ ਦੇ ਵਿਚਾਲੇ ਕਿਹਾ ਜਾ ਰਿਹਾ ਸੀ ਕਿ ਕੰਟਰਵਰਸੀ ਹੋ ਰਹੀ ਹੈ ਇਸ ਸਮੇਂ। ਸੋਸ਼ਲ ਮੀਡੀਆ ਅਕਾਊਂਟਸ ਦੇ ਕਾਫੀ ਪੇਜਾਂ ਵੱਲੋਂ ਇਸ ਮੁਤਲਕ ਫੋਟੋਆਂ ਵੀਡੀਓ ਵੀ ਸ਼ੇਅਰ ਕੀਤੀਆਂ ਗਈਆਂ। ਪ੍ਰੇਮ ਢਿੱਲੋਂ ਵੱਲੋਂ ਸਿੱਧੂ ਮੂਸੇਵਾਲ ਨੂੰ ਅਨਫੋਲੋ ਵੀ ਕਰ ਦਿੱਤਾ ਗਿਆ ਇੰਸਟਾਗ੍ਰਾਮ ਦੇ ਉੱਤੇ। ਸਿੱਧੂ ਵੱਲੋਂ ਸ਼ੇਅਰ ਕੀਤੀਆਂ ਜਾ ਰਹੀਆਂ ਸਨੈਪਚੈਟਾਂ ਦੇ ਪੋਸਟਾਂ ਨੂੰ ਸਿੱਧਾ ਸਿੱਧਾ ਪ੍ਰੇਮ ਢਿੱਲੋਂ ਦੇ ਨਾਲ ਜੋੜਿਆ ਜਾ ਰਿਹਾ ਸੀ। ਕਿਹਾ ਜਾ ਰਿਹਾ ਸੀ ਕਿ ਸਿੱਧੂ ਮੂਸੇਵਾਲਾ ਵਾਰ-ਵਾਰ ਪ੍ਰੇਮ ਢਿੱਲੋਂ ਨੂੰ ਜਵਾਬ ਦੇ ਰਿਹਾ ਹੈ, ਪਰ ਉੱਥੇ ਹੀ ਦੋਸਤੋ ਪ੍ਰੇਮ ਢਿੱਲੋਂ ਵੱਲੋਂ ਕੋਈ ਵੀ ਸਟੋਰੀ ਵਗੈਰਾ ਇਸ ਦੇ ਬਾਰੇ ਸ਼ੇਅਰ ਨਹੀਂ ਕੀਤੀ ਗਈ ਸੀ। ਹੁਣ ਦੋਸਤੋ ਕੱਲ੍ਹ ਵਾਲੇ ਲਾਈਵ ਦੇ ਵਿੱਚ ਪ੍ਰੇਮ ਢਿੱਲੋਂ ਨੇ ਸਾਫ਼ ਕੀਤਾ ਕਿ ਸਿੱਧੂ ਮੂਸੇਵਾਲ ਦੇ ਨਾਲ ਉਹਦਾ ਕੋਈ ਵੀ ਰੌਲਾ ਨਹੀਂ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪੇਜਾਂ ਦੇ ਚੈਨਲਾਂ ਨੂੰ ਕਿਹਾ ਵੀ ਇੱਦਾਂ ਦੀ ਫੇਕ ਖਬਰ ਨਾ ਦਿਖਾਇਆ ਕਰੋ। ਨਾਲ ਦੀ ਨਾਲ ਹੀ ਦੋਸਤੋ ਤੁਹਾਨੂੰ ਦੱਸ ਦਈਏ ਵੀ ਸਿੱਧੂ ਵੀ ਕਾਫ਼ੀ ਵਾਰ ਕਹਿ ਚੁੱਕਿਆ ਹੈ ਕਿ ਪ੍ਰੇਮ ਢਿੱਲੋਂ ਉਹਨਾਂ ਦਾ ਭਰਾ ਹੈ। ਇਸ ਤੋਂ ਪਹਿਲਾਂ ਮਾਲਵਾ ਬਲੌਕ ਵੇਲੇ ਇੱਕ ਲੈਣ ਜਦੋਂ ਪ੍ਰੇਮ ਢਿੱਲੋਂ ਦੇ ਗਾਣੇ ਨਾਲ ਮਿਲੀ ਸੀ ਤਾਂ ਉਦੋਂ ਵੀ ਸਿੱਧੂ ਨੇ ਕਿਹਾ ਸੀ ਵੀ ਆਰ ਬ੍ਰਦਰਸ। ਆ ਦੇਖੋ ਦੋਸਤੋ ਪ੍ਰੇਮ ਢਿੱਲੋਂ ਨੇ ਸਿੱਧੂ ਮੂਸੇਵਾਲ ਦੇ ਲਈ ਕੀ ਕਿਹਾ। ਇਸ ਦੇ ਇਲਾਵਾ ਦੋਸਤੋ ਸ਼ਾਹਿਦ ਕਪੂਰ ਨੇ ਵੀ ਇੱਕ ਮੈਸੇਜ ਦਿੱਤਾ ਹੈ ਸਿੱਧੂ ਦੇ ਲਈ। ਵੀਡੀਓ ਤੁਹਾਡੀ ਸਕਰੀਨ 'ਤੇ ਹੋਊਗੀ, ਦੇਖ ਸਕਦੇ ਹੋ। ਨਵੀਂ ਅਪਡੇਟ ਨਾਲ ਛੇਤੀ ਹੀ ਮਿਲਦੇ ਹਾਂ।